ਬਾਰਡਰ ਤੇ ਬੈਠੇ ਕਿਸਾਨਾਂ ਕਰਕੇ ਕਈ ਵਰਗਾਂ ਨੂੰ ਘਾਟਾ ਪੈ ਰਿਹਾ ਏ ਤੇ ਦੂਜੇ ਪਾਸੇ ਇਸ ਗਰੀਬ ਇਨਸਾਨ ਨੂੰ ਕਿਸਾਨਾਂ ਕਰਕੇ ਰੋਜ਼ਾਨਾ ਫਾਇਦਾ ਪਹੁੰਚ ਰਿਹਾ ਏ। ਦਰਅਸਲ ਇਹ ਤਸਵੀਰਾਂ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਈ ਦਿਨ ਹੋ ਗਏ ਕਿਸਾਨਾਂ ਨੂੰ ਧਰਨੇ ਦਿੱਤੇ ਹਨ ਤੇ ਦੱਸ ਦਈਏ ਕਿ ਕਿਸਾਨ ਇਸੇ ਥਾਂ ਤੇ ਹੀ ਲੰਗਰ ਪਕਾਉਂਦੇ ਨੇ, ਚਾਹ ਬਣਾਉਂਦੇ ਨੇ ਅਤੇ ਜਿਹੜੀ ਪਲਾਸਟਿਕ ਦੀਆਂ ਬੋਤਲਾਂ ਜਾਂ ਗਲਾਸ ਜਾਂ ਹੋਰ ਕੋਈ ਸਮਾਨ ਜਿਹੜਾ ਸੱਟਣ ਵਾਲਾ ਹੁੰਦਾ ਏ ਜਾਂ ਫਿਰ ਜਿਹੜੇ ਕਬਾੜੀਏ ਦੇ ਕੰਮ ਆਉਂਦਾ ਏ ਉਹ ਇਸ ਸ਼ਖਸ ਨੂੰ ਦੇ ਦਿੰਦੇ ਨੇ, ਜਿਸ ਕਰਕੇ ਇਸ ਦੀ ਦਿਹਾੜੀ ਪੈ ਜਾਂਦੀ ਹੈ। ਦਰਅਸਲ ਇਹ ਸ਼ਖਸ ਇੱਕ ਕਬਾੜੀਆ ਹੈ ਅਤੇ ਗਲੀ ਗਲੀ ਪੂਰਾ ਦਿਨ ਘੁੰਮ ਕੇ ਪੈਸੇ ਕਮਾਉਂਦਾ ਸੀ ਕਬਾੜ ਚੁੱਗ ਕੇ, ਪਰ ਜਦ ਦੇ ਕਿਸਾਨ ਖਨੌਰੀ ਬਾਰਡਰ ਤੇ ਪਹੁੰਚੇ ਨੇ ਇਹ ਸ਼ਖਸ ਖਨੌਰੀ ਬਾਰਡਰ ਤੋਂ ਹਿੱਲਿਆ ਨਹੀਂ, ਕਿਉਂਕਿ ਕਿਸਾਨਾਂ ਦੇ ਇਸ ਧਰਨੇ ਦੇ ਵਿੱਚ ਉਸਨੂੰ ਰੋਟੀ ਖਾਣ ਨੂੰ ਵੀ ਮਿਲ ਰਹੀ ਹੈ, ਚਾਹ ਦੇ ਨਾਲ ਚਾਹ ਮਿਲ ਰਹੀ ਹੈ ਅਤੇ ਜਿਹੜੀਆਂ ਪਲਾਸਟਿਕ ਦੀਆਂ ਸੁੱਟਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਉਸ ਨੂੰ ਇਹ ਇਕੱਤਰਿਤ ਕਰਕੇ ਅੱਗੇ ਵੇਚ ਦਿੰਦਾ ਹੈ, ਜਿਸ ਕਰਕੇ ਇਸ ਦੀ ਪੂਰੀ ਦਿਹਾੜੀ ਦੇ ਅੰਦਰ 400 ਤੋਂ ਲੈ ਕੇ 500 ਰੁਪਏ ਕਮਾ ਲੈਂਦਾ ਹੈ, ਜਿਸ ਕਰਕੇ ਹੁਣ ਇਸ ਗਰੀਬ ਕਿਸਾਨ ਨੂੰ ਫਾਇਦਾ ਹੋ ਰਿਹਾ ਹੈ। ਦੇਖਿਆ ਜਾਵੇ ਤਾਂ ਬਾਰਡਰ ਸੀਲ ਹੋਣ ਦੇ ਕਰਕੇ ਕਈ ਢਾਬੇ ਵਾਲਿਆਂ ਨੂੰ, ਕਈ ਫੈਕਟਰੀ ਵਾਲਿਆਂ ਨੂੰ ਅਤੇ ਕਈ ਕਾਰੋਬਾਰੀਆਂ ਨੂੰ ਕਿਸਾਨੀ ਅੰਦੋਲਨ ਦਾ ਘਾਟਾ ਹੋ ਰਿਹਾ ਹੈ, ਦੂਜੇ ਪਾਸੇ ਇਸ ਸ਼ਖਸ ਨੂੰ ਕਿਸਾਨੀ ਅੰਦੋਲਨ ਤੋਂ ਫਾਇਦਾ ਮਿਲ ਰਿਹਾ ਹੈ। ਕਿਸਾਨਾਂ ਦੇ ਜੀ ਰੋਟੀ ਟੁਕਵਾ ਲੈਣੇ ਜੀ, ਲੈ ਆਪਣੇ ਕਬਾੜ ਦਾ ਕੰਮ ਕਰ ਲੈਣੇ ਆ, 400-500 ਰੁਪਏ ਲੈ ਕੇ ਜਾਂਦੇ ਜੀ ਕਬਾੜ ਦਾ ਚੱਕ ਕੇ ਲਾ ਰਹੇ ਆਪਣੇ। ਨਾ 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 ਕੋਈ ਰੋਕ ਟੋਕ ਨਹੀਂ ਜੀ, ਕੋਈ ਰੋਕ ਟੋਕ ਨਹੀਂ ਹੈਗੀ, ਰੋਟੀ ਟੋਕ ਚਾਰਾ ਪਾਣੀ ਸਾਰਾ ਕੁਛ ਹੀ ਚੱਲਦਾ ਜੀ ਇਹਨਾਂ ਦੇ ਕਿਸਾਨਾਂ ਦੇ ਹੱਥ। ਲੰਗਰ ਸਿਖਾਉਂਦੇ? ਹਾਂਜੀ ਹਾਂ, ਕਬਾੜ ਚੁੱਕੋ ਜੀ। ਘਰ ਚੱਲਦਾ ਜੀ ਸਹੀ ਨਾਲ, ਇੱਥੇ ਰੋਟੀ ਟੁੱਕ ਸਾਰਾ, ਹਾਂ ਚਾਹ ਪਾਣੀ ਵੀ ਲੈ ਜਾਣੇ ਜੀ ਜਵਾਕਾਂ ਵਾਸਤੇ, ਸਾਡਾ ਕਬਾੜ ਦਾ ਕੰਮ ਵੀ ਸਹੀ ਚੱਲਦਾ ਜੀ। ਹਾਂ ਨਹੀਂ ਜੀ ਨਹੀਂ ਕੋਈ ਘਾਟ ਨੀ ਜੀ, ਇੱਥੇ ਵਧੀਆ ਰੋਟੀ। ਹਾਂਜੀ ਹਾਂ, ਲੰਗਰ ਪਾਣੀ ਸਹੀ ਚੱਲ ਰਿਹਾ, ਰੋਟੀ ਪਾਣੀ ਲੈ ਜਾਂਦੇ ਹਾਂ, ਕਬਾੜ ਕਬਾੜ ਠੱਕ ਲੈਂਦੇ ਹਾਂ ਬੋਤਲ ਸੋਤਲ, ਨਾ ਕੋਈ ਰੋਕ ਟੋਕ ਨਹੀਂ ਹੈਗੀ, ਰੋਟੀ ਪਾਣੀ ਸਹੀ ਦਿੰਦੇ ਨੇ, ਲਗਾਤਾਰ ਰੋਟੀ ਪਾਣੀ ਲੈ ਜਾਂਦੇ ਹਾਂ। ਬਾਲਕਾਂ ਵਾਸਤੇ, ਜਵਾਕਾਂ ਵਾਸਤੇ ਵੀ ਲੈ ਜਾਂਦੇ ਰੋਟੀ ਪਾਣੀ। ਨਾ ਨਾ ਪਰੇਸ਼ਾਨੀ ਕੁਛ ਵੀ ਨੀ ਹੈਗੀ, ਛੋਟੇ ਛੋਟੇ ਬੱਚੇ ਨੇ, ਰੋਟੀ ਪਾਣੀ ਲੈ ਜਾਂਦੇ ਬਾਲਕਾਂ ਇਸ ਤਰ੍ਹਾਂ, ਬਿਲਕੁਲ ਨਹੀਂ ਰੋਕਦੇ, ਨਾ ਕੁਛ ਵੀ ਨਹੀਂ ਰੋਕਦੇ ਟੋਕਦੇ, ਬੋਤਲਾਂ ਸਮਕੋ ਆਪਣੇ ਆਪ ਦਿੰਦੇ ਨੇ ਚੱਕਣੇ। ਕਿੰਨੀ ਦਿਹਾੜੀ ਬਣਾ ਲੈਂਦੇ? ਬਣ ਜਾਂਦੀ ਹੈ 400-500 ਰੁਪਏ ਦੀ। ਇਹ ਸਾਡੇ ਗੁਰੂਆਂ ਨੇ ਸਿਖਾਇਆ ਜੀ ਸਾਨੂੰ ਪਹਿਲਾਂ ਤੋਂ, ਵੀ ਗਰੀਬ ਦੀ ਹਮਾਇਤ ਕਰਨੀ ਅਤੇ ਅੱਤਿਆਚਾਰ ਦੇ ਵਿਰੁੱਧ ਲੜਨਾ। ਇਹਦਾ ਪਹਿਲਾਂ ਵੀ ਸੀਗਾ, ਦਿੱਲੀ ਗਏ ਸੀ ਕਦੋਂ, ਅਸੀਂ ਦਿੱਲੀਓਂ ਧਰਨਾ ਚੱਕ ਕੇ ਵਾਪਸ ਆਏ ਹਾਂ ਅਤੇ ਗਰੀਬ ਸਾਡੇ ਨਾਲ ਰੋਣ ਲੱਗ ਗਏ ਸੀ ਕੋਲੇ ਖੜ ਕੇ, ਬਾਪੂ ਜੀ ਹੁਣ ਸਾਡਾ ਕੀ ਬਣੂ, ਜਦੋਂ ਅਸੀਂ ਤੁਸੀਂ ਇੱਥੇ ਜਿੱਥੇ ਬੈਠੇ ਨੇ ਰੋਟੀ ਬਣਾਉਣਾ ਰੋਟੀ ਖਾ ਲੈਂਦੇ, ਚਾਹ ਬਣਾਉਂਦੇ ਚਾਹ ਖਾ ਲੈਂਦੇ, ਕੋਈ ਖੀਰ ਬਣਾਉਂਦੇ ਖੀਰ ਖਾ ਲੈਂਦੇ ਹਾਂ। ਅਤੇ ਉਸੇ ਤਰ੍ਹਾਂ ਇਹਨਾਂ ਨੇ ਮੇਰੇ ਵੀਰਾਂ ਨੂੰ ਜਿੱਦੇ ਦੇ ਤੁਸੀਂ ਆਏ ਹਾਂ 13 ਤਰੀਕ ਤੋਂ ਲੈ ਕੇ, ਇਹ ਜੋ ਚੀਜ਼ ਅਸੀਂ ਬਣਾਉਂਦੇ ਹਾਂ ਨਾਲੇ ਆਪ ਖਾਂਦੇ ਨਾਲੇ ਇਹਨਾਂ ਨੂੰ ਖਿਲਾਉਂਦੇ ਹਾਂ, ਜੋ ਵੀ ਚੀਜ਼ ਇਹਨਾਂ ਦੇ ਕੰਮ ਦੀ ਹੁੰਦੀ ਹੈਗੀ, ਕੋਈ ਬੋਤਲਾਂ ਲਾ ਲਓ ਕਣਕ ਦੀਆਂ, ਚਾਹੇ ਕੋਈ ਹੋਰ ਸਮਾਨ ਹੁੰਦਾ, ਕੋਈ ਪਲਾਸਟਿਕ ਦੀਆਂ ਬੋਤਲਾਂ ਜੋ ਵੀ ਇਹਨਾਂ ਦੇ ਵਿਕਣੀਆਂ ਚੀਜ਼ਾਂ ਹੁੰਦੀਆਂ ਉਹ ਇਹਨਾਂ ਨੂੰ ਕਹਿੰਦੇ ਚੱਕ ਕੇ ਲੈ ਜਾਓ, ਵੇਚ ਲਓ, ਖਾਣਾ ਪੀਣਾ ਇੱਥੇ ਲੈ ਜਾਓ, ਤੁਹਾਡੇ ਜਵਾਕ ਘਰੇ ਬੈਠੇ ਉਹਨਾਂ ਨੂੰ ਵੀ ਖਾਣਾ ਪੀਣਾ ਇੱਥੋਂ ਲੈ ਜਾਓ। ਹਾਂਜੀ ਹਾਂ।